ਸਤਿ ਸ਼੍ਰੀ ਅਕਾਲ ਸਾਂਝ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਤੇ ਦੋਸਤੋ ਮੈਂ ਸ਼ਬਨਮ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਤੁਹਾਡੇ ਸਾਰਿਆਂ ਲਈ ਲੈ ਕੇ ਪ੍ਰੋਗਰਾਮ ਇੱਕ ਮੁਲਾਕਾਤ ਤੇ ਦੋਸਤੋ ਅੱਜ ਮੈਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੀ ਹਾਂ ਕਬੱਡੀ ਦੇ ਉੱਗੇ ਮੰਨੇ ਪਰਮੰਨੇ ਪ੍ਰਮੋਟਰ ਲਖਵੀਰ ਸਿੰਘ ਸਹੋਤਾ ਕਾਲਾ ਟ੍ਰੇਸੀ ਜੀ ਦੇ ਨਾਲ ਸਰ ਸਤਿ ਸ਼੍ਰੀ ਅਕਾਲ ਥੈਂਕ ਯੂ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਸਟੂਡੀਓ 'ਚ ਆਉਣ ਲਈ ਥੈਂਕ ਯੂ ਸ਼ਬਨਾ ਜੀ ਥੈਂਕ ਯੂ ਸਾਂਝ ਟੀਵੀ ਦਾ ਸਰ ਮਹਿਜ਼ 3 ਮਹੀਨਿਆਂ ਬਾਅਦ ਵਤਨ ਵਾਪਸੀ ਇਹ ਕਬੱਡੀ ਦਾ ਪਿਆਰ ਹੀ ਹੈ ਜਾਂ ਕੋਈ ਹੋਰ ਵੀ ਕਾਰਨ ਹੈ ਜਿਹੜਾ ਮੁਲਕ ਵਾਪਸ ਖਿੱਚ ਲਿਆ ਹੈ ਇਹ ਸਿਰਫ ਕਬੱਡੀ ਦਾ ਪਿਆਰ ਹੈ ਉਸੇ ਕਰਕੇ ਆਏ ਜੀ ਸਰ ਇਹ ਪਿਆਰ ਕਦੋਂ ਕੋ ਉਜਾਗਰ ਹੋਇਆ ਕਦੋਂ ਕੋ ਤੁਹਾਨੂੰ ਫੀਲ ਹੋਇਆ ਕਿ ਕਬੱਡੀ ਉਹ ਗੇਮ ਆ ਜਿਹਦੇ ਲੇਖੇ ਮੈਂ ਆਪਣੀ ਪੂਰੀ ਜ਼ਿੰਦਗੀ ਲਾ ਦੇਣੀ ਹੈ ਉਹਨੂੰ ਪ੍ਰਮੋਟ ਕਰਨਾ ਇੱਕ ਵਧੀਆ ਲੈਵਲ ਤੇ ਪ੍ਰਮੋਟ ਕਰਨਾ ਹੈ ਇਹ ਕਬੱਡੀ ਦਾ ਪਿਆਰ ਤਾਂ ਜੀ ਬਚਪਨ ਤੋਂ ਫੈਮਿਲੀ ਦੇ ਵਿੱਚੋਂ ਹੀ ਆਏ ਉਹਦੇ ਕਰਕੇ ਹੀ ਅਸੀਂ ਜੁੜੇ ਹਾਂ ਜੀ ਹਾਂਜੀ ਸਰ ਤੁਹਾਡੇ ਤੋਂ ਇਲਾਵਾ ਤੁਹਾਡੀ ਫੈਮਿਲੀ 'ਚ ਕੌਣ ਕੌਣ ਆ ਜਿਹੜਾ ਤੁਹਾਨੂੰ ਵੀ ਪੂਰਾ ਸਪੋਰਟ ਕਰਦਾ ਹੈ ਅਤੇ ਤੁਹਾਡਾ ਸਾਥ ਦਿੰਦਾ ਕਿ ਕਬੱਡੀ ਨੂੰ ਪ੍ਰਮੋਟ ਕਰਨਾ ਹੈ ਕਬੱਡੀ ਤੋਂ ਪਹਿਲਾਂ ਤਾਂ ਤੁਹਾਡੇ ਘਰ ਦੇ ਹੁੰਦੇ ਆ ਜੀ ਫੈਮਿਲੀ ਹੁੰਦੀ ਆ ਜੇ ਉਹ ਸਪੋਰਟ ਕਰਦੀ ਆ ਤਾਂ ਤਦੇ ਤੁਸੀਂ ਕਰ ਸਕਦੇ ਆ ਅਦਰਵਾਈਜ਼ ਨਹੀਂ ਜੀ ਅਤੇ ਬਾਕੀ ਹੁਣ ਇਸ ਟਾਈਮ ਮੇਰੇ ਕਜ਼ਨ ਵੀ ਸਾਰੇ ਹੈਗੇ ਨਾਲ ਕਬੱਡੀ ਨਾਲ ਜੁੜੇ ਹੋ ਆ ਜੀ ਅਤੇ ਮੇਰਾ ਭਾਣਜਾ ਜਤਿੰਦਰ ਜੌਲ ਜੀ ਅਤੇ ਸਪੈਸ਼ਲ ਉਹਦੇ ਟੂਰਨਾਮੈਂਟ 'ਤੇ ਆਏ ਆ ਜੀ ਅਤੇ ਉਹਦੇ ਕਰਕੇ ਆਇਆ ਤੇ ਜੀ ਸਰ ਤੁਸੀਂ ਮਤਲਬ ਦੱਸਣਾ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਤੁਸੀਂ ਭਾਰਤ ਵਿੱਚ ਕਬੱਡੀ ਨੂੰ ਪ੍ਰਫੁੱਲਤ ਕਰਨ ਦੇ ਨਾਲ ਨਾਲ ਪੰਜਾਬ ਵਿੱਚ ਕਬੱਡੀ ਨੂੰ ਪ੍ਰਫੁੱਲਤ ਕਰਨ ਦੇ ਨਾਲ ਨਾਲ ਅਮਰੀਕਾ 'ਚ ਵੀ ਇਹੋ ਜਿਹੇ ਕੰਮ ਕਰ ਰਹੇ ਹਾਂ ਕਿ ਜਿਹੜਾ ਕਬੱਡੀ ਆ ਉਹ ਇੱਕ ਵਧੀਆ ਲੈਵਲ ਦੀ ਇੰਟਰਨੈਸ਼ਨਲ ਗੇਮ ਬਣ ਕੇ ਸਾਹਮਣੇ ਆਵੇ ਹਾਂਜੀ ਸਾਡੀ ਉੱਥੇ ਆਪਣੇ ਸੈਂਟਰ ਵੈਲੀ ਸਪੋਰਟਸ ਕਲੱਬ ਆ ਜੀ ਤੇ ਬਹੁਤ ਵਧੀਆ ਆ ਤੇ ਸਾਡੇ ਨਾਲ ਯੰਗ ਮੁੰਡੇ ਆ ਉੱਥੇ ਜੰਪਲ ਮੁੰਡੇ ਹੈਗੇ ਸਾਡੀ ਕਲੱਬ ਨਾਲ ਜੁੜੇ ਹੋ ਆ ਸਾਰੇ ਬਹੁਤ ਮਿਹਨਤ ਕਰਦੇ ਆ ਜੀ ਤੇ ਉਹਨਾਂ ਦੇ ਪੇਰੈਂਟਸ ਵੀ ਸਾਡੇ ਨਾਲ ਆ ਜੀ ਬਹੁਤ ਵਧੀਆ ਕਲੱਬ ਚੱਲਦੀ ਹੈ ਜਿਵੇਂ ਕਹਿ ਲਓ ਕਿ ਪੰਜਾਬੀਆਂ ਦੀ ਤੇ ਮਾਂ ਖੇਡ ਹੈ ਕਬੱਡੀ ਇਹ ਤਾਂ ਲਾਜ਼ਮੀ ਹੈ ਕਿ ਪੰਜਾਬੀ ਤੇ ਕਬੱਡੀ ਦੇ ਨਾਲ ਜੁੜਨਗੇ ਪਰ ਤੁਹਾਡੇ ਮਾਧਿਅਮ ਤੋਂ ਕਿ ਬਾਕੀ ਮੁਲਕਾਂ ਦੇ ਬਾਕੀ ਦੇਸ਼ਾਂ ਦੇ ਲੋਕ ਵੀ ਨੇ ਜਿਹੜੇ ਕਬੱਡੀ ਨਾਲ ਜੁੜਨਾ ਚਾਹੁੰਦੇ ਨੇ ਮੈਂ ਤਾਂ ਅਮਰੀਕਾ ਦੀ ਗੱਲ ਕਰ ਸਕਦਾ ਹਾਂ ਪਰ ਅਮਰੀਕਾ ਦੇ ਵਿੱਚ ਸਾਡੇ ਜਿੱਦਾਂ ਮੈਕਸੀਕਨ ਮੂਲ ਦੇ ਬਹੁਤ ਵਧੀਆ ਪਲੇਅਰ ਆ ਜੀ ਗੋਰੇ ਹੈਗੇ ਆ ਜੀ ਕਾਲੇ ਵੀ ਬਹੁਤ ਵਧੀਆ ਖੇਡਦੇ ਆ ਜੀ ਸ਼ਟਲ ਵਾਲਾ ਸਾਡੀ ਕਲੱਬ ਵੱਲੋਂ ਖੇਡਦਾ ਹਮੇਸ਼ਾ ਹੀ ਜੀ ਤੇ ਨਵੇਂ ਵੀ ਮੁੰਡੇ ਬਹੁਤ ਤਿਆਰ ਹੋ ਰਹੇ ਆ ਜੀ ਅਸੀਂ ਲਖਵੀਰ ਜੀ ਗੱਲ ਕਰਦੇ ਹਾਂ ਤੁਹਾਡੇ ਕਲੱਬ ਬਾਰੇ ਇਹ ਕਦੋਂ ਮਤਲਬ ਹੋਣ 'ਚ ਆਇਆ ਕਦੋਂ ਤੋਂ ਤੁਸੀਂ ਆਪਣੇ ਕਲੱਬ ਦੇ ਮਾਧਿਅਮ ਤੋਂ ਕਬੱਡੀ ਮਾਂ ਖੇਡ ਦੀ ਸੇਵਾ ਕਰ ਰਹੇ ਹੋ ਤੇ ਅਸੀਂ ਮੈਂ ਤਾਂ ਜਿੱਦਾਂ ਵੀ ਆਪਣੇ ਆਲਮੋਸਟ ਮੈਨੂੰ 20 ਇਅਰਸ ਹੋ ਗਏ ਆ ਵੀ ਅਮਰੀਕਾ ਦੇ ਵਿੱਚ ਸੇਵਾ ਕਰਦਿਆਂ ਨੂੰ ਜੀ ਕਲੱਬ ਸਾਡੀ ਕਾਫੀ ਟਾਈਮ ਤੋਂ ਹੈਗੇ ਆ ਅਸੀਂ ਜੁੜਿਓ ਆ ਜਿੱਦਾਂ ਹਰ ਸਾਲ ਟੀਮ ਬਣਾਉਂਦੇ ਆ ਅਸੀਂ ਜੀ ਤੇ ਗਾਂ ਵੀ ਬਣਾਵਾਂਗੇ ਜੀ ਹਾਂਜੀ ਤੁਸੀਂ ਹੁਣ ਆਇਓ ਤੁਸੀਂ ਤੁਹਾਡੇ ਆਉਣ ਦਾ ਮੇਨ ਮਕਸਦ ਤੇ ਜੰਡਿਆਲਾ ਮੰਜਕੀ ਦਾ ਜਿਹੜਾ ਕਬੱਡੀ ਕੱਪ ਹੋਣ ਜਾ ਰਿਹਾ ਉਹ ਹੈ ਉਹ ਤੋਂ ਇਲਾਵਾ ਵੀ ਤੁਸੀਂ ਇੱਥੇ ਰਹਿੰਦੇ ਹੋਏ ਕੋਈ ਹੋਰ ਟੂਰਨਾਮੈਂਟ ਆਰਗੇਨਾਈਜ਼ ਕਰੋਗੇ ਜਾਂ ਸਪਾਂਸਰ ਕਰੋਗੇ ਹਾਂਜੀ ਸਾਡਾ 24 ਤਾਂ ਮੰਜਕੀ ਵਿੱਚ ਹੈਗਾ ਜੰਡਿਆਲਾ ਜੀ ਤੇ ਉਦੋਂ ਬਾਅਦ 10 ਤੇ 11 ਨੂੰ ਆ ਜੀ ਤੇ 11 ਤਰੀਕ ਨੂੰ ਕਬੱਡੀ ਦੇ ਮੈਚ ਹੋਣਗੇ ਨਾਲ ਸਿੱਪੀ ਗੱਲ ਆਉਣਗੇ ਜੀ ਉਹਨਾਂ ਦਾ ਰੰਗਾਰੰਗ ਪ੍ਰੋਗਰਾਮ ਹੋਊਗਾ ਜੀ ਲਖਵੀਰ ਜੀ ਜਦੋਂ ਤੁਹਾਡੀ ਟੀਮ ਤੁਸੀਂ ਆਪਣੀ ਟੀਮ ਨੂੰ ਵਰਲਡ ਕੱਪ ਕਬੱਡੀ 'ਚ ਲੈ ਕੇ ਆਏ ਜਦੋਂ ਤੁਹਾਡੀ ਟੀਮ ਨੇ ਵਰਲਡ ਕੱਪ ਕਬੱਡੀ ਦਾ ਹਿੱਸਾ ਬਣੀ ਤਾਂ ਕਿਵੇਂ ਦਾ ਫੀਲ ਹੋਇਆ ਕਿਵੇਂ ਮਾਣ ਵਾਲੀ ਫੀਲਿੰਗ ਆਈ ਉਹ ਜ਼ਰਾ ਸਾਡੇ ਨਾਲ ਸਾਂਝੀ ਕਰੋ ਮਾਣ ਵਾਲੀ ਜਿੱਦਾਂ ਵੀ ਕਹਿੰਦੇ ਹੁੰਦੇ ਆ ਵੀ ਪਹਿਲਾਂ ਹੁੰਦਾ ਸੀਗਾ ਥੋੜ੍ਹਾ ਜਿਹਾ ਛੋਟਾ ਲੈਵਲ ਤੇ ਵਰਲਡ ਵਾਈਡ ਲੋਕਾਂ ਦੀ ਸਾਡੀ ਪਛਾਣ ਬਣੀ ਆ ਜੀ ਤੇ ਉਹਦੇ ਕਰਕੇ ਵੀ ਕਬੱਡੀ ਦਾ ਬੈਨੀਫਿਟ ਤੁਹਾਨੂੰ ਇਹ ਹੀ ਆ ਵੀ ਜਿਹੜੀ ਤੁਹਾਨੂੰ ਵਾਕਫੀਤ ਮਿਲਦੀ ਆ ਜੀ ਇਸੇ ਹੀ ਆ ਤੇ ਜਦੋਂ ਤੁਸੀਂ ਕਬੱਡੀ ਨੂੰ ਪ੍ਰਮੋਟ ਕਰਦੇ ਹੋ ਟੂਰਨਾਮੈਂਟ ਹੁੰਦੇ ਨੇ ਤੁਸੀਂ ਉਹਨਾਂ ਟੂਰਨਾਮੈਂਟ ਦਾ ਹਿੱਸਾ ਬਣਦੇ ਹੋ ਆਪਣਾ ਯੋਗਦਾਨ ਪਾਉਂਦੇ ਹੋ ਤਾਂ ਲੋਕਾਂ ਵੱਲੋਂ ਕਿਵੇਂ ਦਾ ਰਿਸਪੌਂਸ ਮਿਲਦਾ ਹੈ ਲੋਕਾਂ ਨੂੰ ਬਹੁਤ ਪਿਆਰ ਮਿਲਦਾ ਆ ਜਿੱਥੇ ਵੀ ਜਾਂਦੇ ਆ ਅਗਰ ਸਾਡੀ ਇੱਕ ਪਛਾਣ ਬਣਦੀ ਆ ਜੀ ਬਹੁਤ ਦਿਲੋਂ ਪਿਆਰ ਕਰਦੇ ਲੋਕੀ ਸਾਨੂੰ ਜੀ ਯਾਨੀ ਉਹਦੇ ਕਰਕੇ ਅਸੀਂ ਗਾਂ ਪ੍ਰੋਗਰਾਮ ਕਰਾਉਂਦੇ ਆ ਜਾਂ ਕਰਨ ਦੀ ਕੋਸ਼ਿਸ਼ ਕਰਦੇ ਆ ਜਿੱਦਾਂ ਵੀ ਵਧੀਆ ਤੋਂ ਅਗਲੇ ਸਾਲ ਹਰ ਸਾਲ ਵਧੀਆ ਕਰਾਇਆ ਜਾਂਦਾ ਜੀ ਲਖਵੀਰ ਜੀ ਮਤਲਬ ਤੁਹਾਡੇ ਕਲੱਬ ਦੀ ਇਹ ਖਾਸੀਅਤ ਹੈ ਕਿ ਉਹ ਕੁੜੀਆਂ ਨੂੰ ਵੀ ਮਤਲਬ ਕਬੱਡੀ 'ਚ ਲੈ ਕੇ ਆ ਰਹੇ ਨੇ ਕੁੜੀਆਂ ਨੂੰ ਅੱਗੇ ਲੈ ਕੇ ਆ ਰਹੇ ਨੇ ਕੀ ਕਾਰਨ ਹੈ ਕਿ ਤੁਸੀਂ ਸੋਚਿਆ ਕਿ ਮੁੰਡੇ ਤੇ ਕਬੱਡੀ ਪ੍ਰਤੀ ਆਪਣਾ ਪਿਆਰ ਹੈ ਹੀ ਹੈ ਪਰ ਕੁੜੀਆਂ ਵੀ ਅੱਗੇ ਆਉਣ ਮਤਲਬ ਕੀ ਖਾਸ ਵਜ੍ਹਾ ਸੀ ਜਿਹਦੇ ਕਾਰਨ ਤੁਸੀਂ ਕੁੜੀਆਂ ਦੀ ਟੀਮ ਨੂੰ ਵੀ ਕਬੱਡੀ 'ਚ ਲੈ ਕੇ ਆਏ ਹੋ ਕੁੜੀਆਂ ਨੂੰ ਜਿੱਦਾਂ ਵੀ ਥੋੜੇ ਜਿਹਾ ਲੋਕੀ ਆਪਣੇ ਪੰਜਾਬ 'ਚ ਦੇਖਿਆ ਵੀ ਘੱਟ ਲਾਈਕ ਕਰਦੇ ਸੀਗੇ ਜੀ ਤੇ ਜਦੋਂ ਦੇ ਅਸੀਂ ਆਪਣੇ ਵਰਲਡ ਕੱਪ ਤੇ ਕੁੜੀਆਂ ਨੂੰ ਭੇਜਣਾ ਸ਼ੁਰੂ ਕੀਤਾ ਲੈ ਕੇ ਆਏ ਆ ਇੱਥੇ ਜੀ ਤੇ ਉਦੋਂ ਦਾ ਲੋਕਾਂ ਨੂੰ ਬਹੁਤ ਜ਼ਿਆਦਾ ਇੰਟਰਸਟ ਵਧਿਆ ਆ
ਗੋਰੀਆਂ ਨੂੰ ਖੇਲ ਕੇ ਦੇਖ ਕੇ ਬਹੁਤ ਲੋਕੀ ਖੁਸ਼ ਹੁੰਦੇ ਸੀਗੇ ਜਾਂ ਮੈਕਸੀਕਨ ਮੂਲ ਦੀਆਂ ਕੁੜੀਆਂ ਸੀਗੀਆਂ ਜੀ ਤੇ ਮੇਰੇ ਨਾਲ ਮਹਿੰਦਰ ਭਾਜੀ ਮਹਿੰਦਰ ਸਿੰਘ ਸਿੱਧੂ ਆ ਅਸੀਂ ਇਕੱਠੇ ਇੱਥੇ ਟੀਮ ਲੈ ਕੇ ਆਉਂਦੇ ਹਾਂ ਹਰ ਸਾਲ ਜੀ ਤੇ ਹਰ ਸਾਲ ਉਹਨਾਂ ਦੀ ਸਪੋਰਟ ਕਰਦੇ ਹਾਂ ਜੀ ਸਾਨੂੰ ਬਹੁਤ ਮਾਣ ਮਿਲਦਾ ਆ ਬਹੁਤ ਖੁਸ਼ੀ ਹੁੰਦੀ ਤੈਨੂੰ ਜੀ ਤੇ ਲਖਬੀਰ ਜੀ ਤੁਸੀਂ ਆਪਣੇ ਮਾਧਿਅਮ ਤੋਂ ਜਿਹੜਾ ਮੰਜਕੀ ਜੱਡਿਆਲਾ ਮੰਜਕੀ ਵਿਖੇ ਕਬੱਡੀ ਕੱਪ ਹੋਣ ਜਾ ਰਿਹਾ ਤੁਸੀਂ ਆਪਣੇ ਮਾਧਿਅਮ ਤੋਂ ਲੋਕਾਂ ਨੂੰ ਉਹਦੇ ਬਾਰੇ ਕੀ ਅਪੀਲ ਕਰਨਾ ਚਾਹੋਗੇ ਹਾਂਜੀ ਇਹ ਟੂਰਨਾਮੈਂਟ ਕਾਫੀ ਬਜਟ ਵਾਲਾ ਆ ਜੀ ਤੇ ਕਾਫੀ ਪਲੇਅਰ ਵੀ ਆਉਣਗੇ ਜੀ ਤੇ ਰੰਗਾਰੰਗ ਪ੍ਰੋਗਰਾਮ ਵੀ ਹੋਊਗਾ ਜੀ ਤੇ ਨਾਲ ਚੰਗੇ ਇਨਾਮਾਂ ਦੇ ਨਾਲ ਪਲੇਅਰਾਂ ਨੂੰ ਜੀ ਸਨਮਾਨਿਤ ਕੀਤਾ ਜਾਊਗਾ ਜੀ ਕਮੈਂਟਰੀ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਜਾਊਗਾ ਜੀ ਜਿਹੜਾ ਉਹਨਾਂ ਨੂੰ ਇੱਕ ਚੰਗੀ ਸਹਾਇਤਾ ਮਿਲੂਗੀ ਜਾਂ ਅੱਗੇ ਉਹ ਵੱਧ ਸਕਣ ਜਿੱਦਾਂ ਇਹ ਜੀ ਸਰ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਸਟੂਡੀਓ ਵਿੱਚ ਆ ਕੇ ਲੋਕਾਂ ਨੂੰ ਕਬੱਡੀ ਬਾਰੇ ਜਾਣਕਾਰੀ ਦਿੱਤੀ ਲੋਕਾਂ ਨੂੰ ਕਬੱਡੀ ਦੇ ਨਾਲ ਜੋੜਨ ਦਾ ਇੱਕ ਅਹਿਮ ਉਪਰਾਲਾ ਕੀਤਾ ਅਤੇ ਅਸੀਂ ਆਸ ਕਰਦੇ ਹਾਂ ਕਿ ਤੁਹਾਡੇ ਮਾਧਿਅਮ ਤੋਂ ਜਿਹੜਾ 24 ਫਰਵਰੀ ਨੂੰ ਪਿੰਡ ਜੰਡਿਆਲਾ ਮੰਚਕੀ ਵਿਖੇ ਟੂਰਨਾਮੈਂਟ ਹੋਣ ਜਾ ਰਿਹਾ ਉੱਥੇ ਲੋਕ ਹੁੰਮ ਹੁੰਮ ਆ ਕੇ ਪਹੁੰਚਣ ਅਤੇ ਟੂਰਨਾਮੈਂਟ ਦਾ ਆਨੰਦ ਲੈਣ ਅਤੇ ਨਾਲ ਹੀ ਕਬੱਡੀ ਦੇ ਨਾਲ ਜੁੜਨ ਦਾ ਵੀ ਪ੍ਰਯਾਸ ਕਰਨ ਸਰ ਧੰਨਵਾਦ ਥੈਂਕ ਯੂ